4.3 माई एफएम मेरे वालों यानी आरजे जसी दे वालों सारयां नूं प्यार भरी दिलों सत श्री अकाल। कहिंदे कि मैं समुंदरां तों सिख्या है जिउण दा सलीका, मैं समुंदरां तों सिख्या है जिउण दा सलीका, चुप चाप वहना अपनी मौज विच रहना। और कुछ शख्स जिहड़े इस लाइनां दीआं ही उदाहरणां हुंदे है, चुप चाप मेहनत करते हैं, मौज विच रहिंदे है, पर उन्हां दी मेहनत फिर जदों लोकां दी जुबान ते हुंदी है फिर वह नाम गूंजदा है। तो फिर एक ऐसा ही नाम पंजाबी म्यूजिक इंडस्ट्री तो बाद हुण पंजाबी फिल्मां दे विच भी गूंजदा है जी। बेहतरीन आवाज़ सादगी दे नाल भरिया होया चेहरा, यानी कि अपने नाल है अफसर फिल्म की लीड एक्ट्रेस निमरत खैरा। इश्क जिहा हो गया लगदा ऐ, चैन साडा खो गया लगदा ऐ, पहली तकनी दे विच कोई दिल साडा छो गया लगदा ऐ, इश्क जिहा हो गया लगदा ऐ, नैण नरकसी कैद कर दियां जुल्फां दियां जंजीरां, उसे देस दी लगदी मैनू जमदियां जिथे हीरां, उसे देस दी लगदी मैनू जमदियां जिथे हीरां, हाय समा खलो गया लगदा ऐ, इश्क जिहा हो गया लगदा ऐ। बेहतरीन आवाज निमरत, प्यार परी सत श्री अकाल। सत श्री अकाल जी, और जिन्ने भी जाने मैनू इस टाइम सुन रहे ने सारयां नू प्यार परी सत श्री अकाल। अपनी पहला भी मुलाकात हुई सी, पहला भी गल्लां बातां चलियां सी जी, और मैं अखीर च ये कहा सी पिछली बारी भी गल्लां बातां च कि हुण अपनी गल्लां बातां इत्थे पॉज होण गियां, अगली बारी मुलाकात होएगी गल्लां अगे चक्कांगे। हुण अज हां जी ठीक है कि अफसर फिल्म आ रही है, पर अफसर फिल्म दे राही ओ सारियां गल्लां जानन दा भी सानू मौका मिलूगा कि निमरत इहदे बारे जानदी भी है। निमरत, अगर आपां अफसर फिल्म दे थ्रेड दी गल करिए, थीम दी गल करिए जी, ਇਹ ਹੈਗਾ ਅਫਸਰਾਂ ਦੀ ਵਿਚਲੀ ਗੱਲਬਾਤਾਂ ਜਿਹੜੀਆਂ ਹੁੰਦੀਆਂ, ਜਾਂ ਆਪਾਂ ਕਹਿ ਲਈਏ ਕਿ ਕੰਨਗੋ ਪਟਵਾਰੀ, ਕੀ ਨਿਮਰਤ ਨੂੰ ਪਤਾ ਹੈ ਕਿ ਪਟਵਾਰੀ ਅਤੇ ਕੰਨਗੋ ਦੇ ਜਿਹੜੇ ਝੰਝਟ ਹੁੰਦੇ ਆ, ਝਮੇਲੇ ਹੁੰਦੇ ਆ, ਉਹ ਕੀ ਹੁੰਦੇ ਆ? ਇੰਨਾ ਮੈਨੂੰ ਪਤਾ ਕਿ ਫਰਦਾ ਉਹ ਸਾਰਾ ਕੁਛ ਕਿ ਕਾਨੂੰਗੋ ਵੱਡਾ ਆ ਪਟਵਾਰੀ ਨਾਲੋਂ, ਇੱਕ ਕਾਨੂੰਗੋ ਦੇ ਅੰਡਰ 5 ਪਟਵਾਰੀ ਆਉਂਦੇ ਆ। ਯੈਸ, ਵੈਰੀ ਗੁੱਡ। ਅੱਛਾ, ਇਹ ਤੁਹਾਨੂੰ ਫਿਲਮ ਦੇ ਦੌਰਾਨ ਪਤਾ ਲੱਗਿਆ, ਪਹਿਲਾਂ ਹੀ ਪਤਾ ਸੀ? ਪਟਵਾਰੀ ਬਾਰੇ ਪਤਾ ਸੀਗਾ ਪਹਿਲਾਂ, ਬਟ ਕਾਨੂੰਗੋ ਬਾਰੇ ਨਹੀਂ ਸੀ ਪਤਾ। ਫਿਲਮ ਜਿਹਦੀ ਜਿਸ ਦਿਨ ਸਟੋਰੀ ਸੁਣੀ ਉਸ ਦਿਨ ਪਤਾ ਲੱਗਾ। ਓਹ ਵੈਰੀ ਗੁੱਡ। ਅਤੇ ਘਰ 'ਚ ਇਸ ਤੋਂ ਪਹਿਲਾਂ, ਫਿਲਮ ਤੋਂ ਪਹਿਲਾਂ ਘਰ 'ਚ ਜਿਹੜੀਆਂ ਗੱਲਾਂ ਬਾਤਾਂ ਆਮ ਫਰਦਾਂ ਨੂੰ ਲੈ ਕੇ ਹੁੰਦੀਆਂ, ਅਤੇ ਉਹ ਉਦੋਂ ਇਹ ਨਾਮ ਜਾਂ ਇਹਨਾਂ ਦੇ ਕੰਮ ਬਾਰੇ ਉਦੋਂ ਥੋੜ੍ਹਾ ਬਹੁਤਾ ਨੌਲੇਜ ਸੀ? ਨਹੀਂ, ਬਿਲਕੁਲ ਵੀ ਨਹੀਂ, ਕਿਉਂਕਿ ਕਦੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਚੀਜ਼ਾਂ ਵੱਲ, ਬਟ ਫਿਲਮ ਦੇ ਦੌਰਾਨ ਮੈਨੂੰ ਬਹੁਤ ਕੁਛ ਪਤਾ ਲੱਗਾ। ਔਰ ਉਹ ਨਾਲੇ ਮੈਨੂੰ ਲੱਗਦਾ ਜਿਹੜੇ ਘਰ ਦੇ ਵੱਡੇ ਹੁੰਦੇ ਆ ਉਹਨਾਂ ਨੂੰ ਐਂ ਹੁੰਦਾ, ਕੁੜੀ ਨੇ ਪਟਵਾਰੀ ਦੇ ਕੰਮ ਤੋਂ ਕੀ ਲੈਣਾ, ਤੂੰ ਆਪਣਾ ਆਪਣੇ ਕੰਮ ਕਰ। ਵੈਰੀ ਗੁੱਡ। ਅੱਛਾ, ਜਦੋਂ ਹੁਣ ਆਪਾਂ ਇਸ ਫਿਲਮ ਦੇ ਟ੍ਰੇਲਰ ਦੀ ਗੱਲ ਕਰਦੇ ਹਾਂ, ਜਿਸ ਦਿਨ ਟ੍ਰੇਲਰ ਆਇਆ, ਦੇਖੋ 90% ਫਿਲਮ ਦਾ ਥੀਮ ਪਤਾ ਲੱਗ ਜਾਂਦਾ ਲੋਕਾਂ ਨੂੰ, ਅੱਛਾ ਇਸ ਫਿਲਮ ਦੇ ਵਿੱਚ ਇੱਦਾਂ ਉੱਦਾਂ ਕੁਛ ਹੋਣ ਵਾਲਾ ਜੀ। ਫਿਰ ਨਿਮਰਤ, ਜਦੋਂ ਟ੍ਰੇਲਰ ਦੇਖਣ ਤੋਂ ਬਾਅਦ ਲੋਕਾਂ ਨੂੰ ਇਹ ਚੀਜ਼ ਤਾਂ ਕਲੀਅਰ ਹੋ ਜਾਂਦੀ ਹੈ, ਬਾਕੀ 10% ਜਿਹੜਾ ਕਿ ਉਹਨੂੰ 100% ਪੂਰਾ ਕਰੇਗਾ ਉਹਦੇ ਫਿਲਮ ਦੀ ਮੇਕਿੰਗ, ਕਿ ਯਾਰ ਜਿਹੜੀ ਫਿਲਮ ਦੀ ਮੇਕਿੰਗ ਹੈ ਉਹ ਦਿਲਾਂ 'ਤੇ ਛਾ ਜੇ, ਕਿਉਂਕਿ ਸਟੋਰੀ ਦਾ ਪਤਾ ਲੱਗ ਜਾਂਦੀ ਹੈ ਕਿ ਯਾਰ ਇਸ ਦੇ ਅਰਾਊਂਡ ਘੁੰਮਣ ਵਾਲੀ ਹੈ, ਫਿਰ ਮੇਕਿੰਗ ਦੇ ਉੱਤੇ ਆ ਜਾਂਦੀ ਸਾਰੀ ਗੱਲ। ਅਗਰ ਮੈਂ ਟੋਟਲ ਓਵਰਆਲ ਮੇਕਿੰਗ ਦੀ ਗੱਲ ਕਰਾਂ, ਕਿੱਦਾਂ ਇਹ ਲੋਕਾਂ ਨੂੰ ਇੰਪ੍ਰੈਸ ਕਰੇਗੀ, ਕੀ ਲੱਗਦਾ ਨਿਮਰਤ? ਡੈਫੀਨੇਟਲੀ ਇਸ ਮੂਵੀ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋਇਆ। ਜਸ ਗਰੇਵਾਲ ਸਰ ਹੁਣਾਂ ਦੀਆਂ ਆਲਰੇਡੀ ਅਸੀਂ ਕਿੰਨੀਆਂ ਸਟੋਰੀਜ਼ ਦੇਖ ਚੁੱਕੇ ਹਾਂ, ਬਹੁਤ ਬਾਕਮਾਲ ਸਟੋਰੀਜ਼ ਹੁੰਦੀਆਂ ਨੇ। ਔਰ ਇਸ ਫਿਲਮ ਦੇ ਵਿੱਚ ਫੈਮਲੀ ਬੌਂਡਿੰਗ ਬਾਰੇ ਦੱਸਿਆ ਗਿਆ ਆ, ਔਰ ਫੈਮਲੀ ਓਰੈਂਟਿਡ ਮੂਵੀ ਆ। ਆਈ ਥਿੰਕ ਅੱਜ ਕੱਲ੍ਹ ਨਹੀਂ ਇੰਨੀ ਨੌਲੇਜ ਹੈਗੀ ਉਹ, ਜੋ ਮਤਲਬ ਹੁਣ ਵੀ ਪਟਵਾਰੀ ਦੇ ਬਹੁਤ ਟੌਰ ਆ, ਮਤਲਬ ਪਹਿਲਾਂ ਬਹੁਤ ਜ਼ਿਆਦਾ ਹੀ ਟੌਰ ਹੁੰਦੀ ਸੀ ਉਸ ਟਾਈਮ 'ਚ, ਕਿ ਜਦੋਂ ਵੀ ਕਿਸੇ ਵੀ ਕੁੜੀ ਨੂੰ ਪਟਵਾਰੀ ਦਾ ਰਿਸ਼ਤਾ ਆਉਣਾ ਅਤੇ ਸਾਰੇ ਘਰ ਦੇ ਖੁਸ਼ ਹੋ ਜਾਂਦੇ ਵੀ ਪਟਵਾਰੀ ਦਾ ਰਿਸ਼ਤਾ ਆਇਆ, ਮਤਲਬ ਅਫਸਰ ਸ਼ਾਹੀ ਦੇ ਵਿੱਚ ਬਹੁਤ ਉੱਚਾ ਨਾਮ ਸੀਗਾ ਪਟਵਾਰੀ ਦਾ, ਹੁਣ ਵੀ ਹੈਗਾ। ਸੋ ਉਹ ਚੀਜ਼ਾਂ, ਉਹ ਫੀਲ ਨੂੰ ਇਹ ਰਿਫਰੈਸ਼ ਕਰੇਗੀ ਇਹ ਮੂਵੀ ਫਿਰ ਤੋਂ। ਔਰ ਫੈਮਲੀ ਡਰਾਮਾ ਆ, ਕੌਮੇਡੀ ਵੀ ਹੈਗੀ ਆ, ਔਥੈਂਟਿਕ ਕਰੈਕਟਰਸ ਦੀ ਕੌਮੇਡੀ ਹੈ, ਸਿਚੁਏਸ਼ਨਲ ਕੌਮੇਡੀ ਹੈ, ਧੱਕੇ ਨਾਲ ਕੌਮੇਡੀ ਨਹੀਂ ਵਾੜੀ ਗਈ ਕਿਤੇ ਵੀ। ਔਰ ਕਿਤੇ ਨਾ ਕਿਤੇ ਰੋਮਾਂਟਿਕ ਵੀ ਆ, ਔਰ ਲਵ ਐਂਗਲ ਆ,
ਸੈਡ ਪਾਰਟ ਵੀ ਆਉਂਦਾ। ਸੋ ਹਰ ਇੱਕ ਚੀਜ਼ ਨੂੰ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ, ਹਰ ਚੀਜ਼ ਨੂੰ ਛੂਹਿਆ ਗਿਆ। ਸੋ ਮੈਨੂੰ ਲੱਗਦਾ ਕਿ ਡੈਫੀਨੇਟਲੀ ਹਰ ਇੱਕ ਨੇ ਆਪਣਾ 100% ਦਿੱਤਾ, ਔਰ ਜਦੋਂ ਸਾਰੇ ਆਪਣਾ 100% ਦੇਣ ਤਾਂ ਵਾਹਿਗੁਰੂ ਜੀ ਦੀ ਮਿਹਰ ਪੱਕਾ ਹੁੰਦੀ ਹੁੰਦੀ ਆ, ਅਤੇ ਉਹ 5 ਅਕਤੂਬਰ ਨੂੰ ਮਿਹਰ ਪੂਰੀ ਹੋ ਜਾਣੀ। ਜਿਸ ਦਿਨ ਨਿਮਰਤ ਨੂੰ ਪਹਿਲੀ ਵਾਰ ਸਕ੍ਰਿਪਟ ਸੁਣਾਈ ਗਈ, ਹਾਂਜੀ, ਕੀ ਨਿਮਰਤ ਨੂੰ ਆਪਣਾ ਰੋਲ ਪੜ੍ਹਨ ਤੋਂ ਬਾਅਦ, ਆਪਣਾ ਕਰੈਕਟਰ ਪੜ੍ਹਨ ਤੋਂ ਬਾਅਦ ਇਹ ਲੱਗਿਆ ਮੈਂ ਤਾਂ ਇੱਦਾਂ ਦੀ ਤਾਂ ਹੈ, ਮੈਨੂੰ ਕਿਹੜਾ ਕੁਝ ਬਣਾਉਣਾ ਪੈਣਾ ਆਪਣੇ ਵੱਲੋਂ। ਜਿਸ ਦਿਨ ਪਹਿਲੇ ਦਿਨ ਅਸੀਂ ਸਟੋਰੀ ਸੁਣਨ ਗਏ ਸੀ, ਮੈਨੂੰ ਉਸ ਦਿਨ ਜਸ ਗਰੇਵਾਲ ਸਰ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਸਟੋਰੀ, ਇਹ ਜਿਹੜਾ ਕਰੈਕਟਰ ਆ ਨਾ, ਮੈਂ ਜਿਹੜਾ ਕਰੈਕਟਰ ਪਲੇ ਕਰ ਰਹੀ ਹਾਂ ਫਿਲਮ ਦੇ ਵਿੱਚ, ਉਹ ਹਰਮਨ ਨਾਮ ਦਾ ਕਰੈਕਟਰ ਆ, ਸਰਕਾਰੀ ਟੀਚਰ ਆ, BA BEd ਕੀਤੀ ਆ, ਬਹੁਤ ਭੋਲੀ ਜਿਹੀ ਕੁੜੀ ਆ, ਸਿੰਪਲ, ਪਿੰਡ ਦੀਆਂ ਜਿਵੇਂ ਭੋਲੀਆਂ ਹੁੰਦੀਆਂ ਕੁੜੀਆਂ। ਔਰ ਜਦੋਂ ਮੈਨੂੰ ਸਰ ਨੇ ਸਟੋਰੀ ਸੁਣਾਈ ਤਾਂ ਸਰ ਕਹਿੰਦੇ ਇਹ ਨਾ ਜਿਹੜਾ ਕਰੈਕਟਰ ਆ ਇਹ ਬਹੁਤ ਤੇਰੇ ਕਲੋਜ਼ ਰਿਲੇਟ ਕਰਦਾ। ਜਦੋਂ ਮੈਂ ਸੁਣੀ ਮੈਨੂੰ ਵਾਕਿਆ ਲੱਗਿਆ ਕਿ ਬਹੁਤ ਕਲੋਜ਼ ਆ, ਉਹ 'ਚ ਵੀ ਕੁੜੀ ਨੂੰ ਸੂਟਾਂ ਦਾ ਬਹੁਤ ਸ਼ੌਂਕ ਆ, ਸੂਟਾਂ ਦੀਆਂ ਗੱਲਾਂ ਕਰਨ ਦਾ ਬਹੁਤ ਸ਼ੌਂਕ ਆ। ਸੋ ਮੈਨੂੰ ਲੱਗਾ ਕਿ ਉਹ ਕਿਤੇ ਨਾ ਕਿਤੇ ਬਹੁਤ ਈਜ਼ਲੀ ਮੈਂ ਕਰ ਸਕਦੀ ਹਾਂ, ਕਿ ਮੈਨੂੰ ਜ਼ਿਆਦਾ ਮੇਡ ਅਪ ਨਹੀਂ ਕਰਨਾ ਪਏਗਾ, ਉਹ ਮੈਂ ਹੈਗੀ ਹਾਂ। 70% ਮੈਂ ਕਹਿ ਸਕਦੀ ਹਾਂ ਕਿ ਉਹ ਕਰੈਕਟਰ ਮੇਰੇ ਨਾਲ ਮੈਚ ਕਰਦਾ। ਵੈਰੀ ਗੁੱਡ ਜੀ। ਇਸ ਫਿਲਮ ਦੇ ਨਾ ਇੱਕ ਗਾਣਾ ਚੱਲਦਾ ਪਿਆ ਸੀਗਾ, ਗਾਣਾ ਸੀ, ਟ੍ਰੇਲਰ ਸੀਗਾ ਜੀ, ਟ੍ਰੇਲਰ ਸੀਗਾ। ਇੱਕ ਸਵਾਲ ਉਸ ਟ੍ਰੇਲਰ 'ਚੋਂ ਆਇਆ ਨਿਕਲ ਕੇ ਜੀ, ਜਿੱਥੋਂ ਤੱਕ ਮੈਨੂੰ ਲੱਗਦਾ ਮੈਨੂੰ ਉਹ ਸਵਾਲ ਦਾ ਜਵਾਬ ਨਹੀਂ ਪਤਾ ਸੀਗਾ ਜੀ, ਮੈਨੂੰ ਨਹੀਂ ਆਉਂਦਾ ਸੀ ਉਹ ਸਵਾਲ ਦਾ ਜਵਾਬ। ਔਰ ਮੈਨੂੰ ਇਹ ਲੱਗਿਆ ਜੇ ਮੈਂ ਨਿਮਰਤ ਉਹ ਸਵਾਲ ਦਾ ਜਵਾਬ ਪੁੱਛੂੰਗਾ, ਮੈਨੂੰ ਉਮੀਦ ਹੈ ਕਿ ਨਿਮਰਤ ਨੂੰ ਵੀ ਨਹੀਂ ਪਤਾ ਹੋਊਗਾ। ਪੁੱਛੋ। ਸਵਾਲ ਇਹ ਹੈ ਕਿ ਹੇਠ ਦਿੱਤੀਆਂ ਸੰਖਿਆਵਾਂ ਦੇ ਵਿੱਚੋਂ ਹਰੇਕ ਨੂੰ 3 ਅਪਾਜ ਸੰਖਿਆਵਾਂ ਦੇ ਵਿੱਚ ਜੋੜੋ। ਆਹ ਦੇਖ ਇੱਧਰ ਨਿਮਰਤ, ਨਿਮਰਤ ਇਹ ਬਲੈਕ ਬੋਰਡ 'ਤੇ ਲਿਖਿਆ ਹੋਇਆ, ਇਹ ਮੈਂ ਨਹੀਂ ਸੀ ਲਿਖਿਆ, ਇਹ ਮੈਂ ਨਹੀਂ ਸੀ ਲਿਖਿਆ, ਇਹ ਉਹਨਾਂ ਨੇ ਪਹਿਲੇ ਲਿਖਿਆ ਹੋਇਆ ਸੀ। ਮੈਂ ਤਾਂ ਬਸ ਉੱਥੇ ਸੀ ਲਿਖਣਾ ਸੀਗਾ ਅਤੇ ਬਸ। ਅੱਛਾ। ਮੈਨੂੰ ਨਾ ਫਿਲਮ ਦੇ ਵਿੱਚ ਮੈਥ ਦੀ ਟੀਚਰ ਬਣਾਇਆ, ਪਰ ਮੇਰਾ ਨਾ ਸ਼ੁਰੂ ਤੋਂ ਮੈਨੂੰ ਘਰੋਂ ਜੇ ਡਾਂਟ ਪੈਂਦੀ ਰਹੀ ਆ, ਪਾਪਾ ਕੋਲੋਂ ਬਹੁਤ ਡਾਂਟ ਪੈਂਦੀ ਰਹੀ, ਉਹ ਸਿਰਫ ਮੈਥ ਕਰਕੇ ਪੈਂਦੀ ਰਹੀ। ਮੈਂ ਖੁਦ ਹੈਰਾਨ ਸੀ, ਮੈਂ ਕਿਹਾ ਤੁਸੀਂ ਫਿਲਮ ਦੇ ਵਿੱਚ ਮੈਨੂੰ ਮੈਥ ਦੀ ਟੀਚਰ ਬਣਾਤਾ, ਔਰ ਮੈਥ ਹੀ ਮੇਰਾ ਸਭ ਤੋਂ ਵੀਕ ਸੀਗਾ। ਅੱਛਾ। ਅਤੇ ਵੈਸੇ ਇਹ ਅਪਾਜ ਸੰਖਿਆਵਾਂ ਹੁੰਦੀਆਂ ਕਿ ਮੈਨੂੰ ਭੁੱਲ ਗਿਆ, ਮੈਂ ਸ਼ਾਇਦ ਬਹੁਤ ਟਾਈਮ ਪਹਿਲਾਂ ਪੜ੍ਹੀਆਂ ਹੋਣਗੀਆਂ। ਔਰ ਦੂਜਾ ਹੈ ਕਿ ਸ਼ਾਇਦ ਪੰਜਾਬੀ 'ਚ ਇੱਦਾਂ ਲਿਖਿਆ ਅਪਾਜ, ਮੈਨੂੰ ਤਾਂ ਪਤਾ ਨਹੀਂ ਕੀ ਪਤਾ ਕੁਛ ਕੀ ਅਪਾਜ, ਨਹੀਂ ਪਤਾ। ਦੇਖੋ ਫਿਲਮ ਦੇ ਜਿਵੇਂ ਹੁਣ ਆਪਾਂ ਜ਼ਿਕਰ ਕਰ ਰਹੇ ਸੀਗੇ ਇੰਟਰਵਿਊ ਤੋਂ ਪਹਿਲਾਂ ਕਿ 28 ਦਿਨਾਂ ਦੇ ਵਿੱਚ ਫਿਲਮ ਹੋ ਗਈ ਹੈ। ਦੇਖੋ ਫਿਲਮ ਜਦੋਂ ਤੁਸੀਂ ਫਿਲਮ ਕਰਨ ਲੱਗ ਗਏ ਤਾਂ ਉਦੋਂ ਤੁਸੀਂ ਸੋਚ ਵੀ ਫਿਲਮ ਬਾਰੇ ਰਹੇ ਹੋ, ਸੀਨ ਕਰ ਰਹੇ ਹੋ, ਸੌਂ ਰਹੇ ਹੋ, ਫਿਰ ਉੱਠ ਰਹੇ ਹੋ, ਨਵਾਂ ਸਕੈਡਿਊਲ, ਅੱਛਾ ਮੇਰਾ ਇਹ ਰੋਲ, ਇਹ ਰੋਲ। ਕਿਹੜਾ ਸੀਨ ਐਸਾ ਰਿਹਾ ਹੈ ਪੂਰੀ ਸ਼ੂਟਿੰਗ ਦੇ ਦੌਰਾਨ ਜਿਹਨੇ ਸਭ ਤੋਂ ਜ਼ਿਆਦਾ ਟਾਈਮ ਲਿਆ ਤੁਹਾਡੇ ਤੋਂ, ਕਿਉਂ ਲਿਆ ਅਤੇ ਕੀ ਸੀ ਉਸ ਸੀਨ ਦੇ ਵਿੱਚ ਖਾਸ? ਟਾਈਮ ਆਈ ਥਿੰਕ ਕਿਸ ਮਤਲਬ ਮੈਂ ਅਫਸਰ ਮੂਵੀ ਦਾ ਜਿਹੜਾ ਸ਼ੂਟ ਸੀ ਨਾ, ਉਹ ਇੱਕ ਐਸਾ ਸ਼ੂਟ ਮੈਂ ਕਹਿੰਦੀ ਹਾਂ ਕਿ ਜਿਹਦੇ 'ਚ 1% ਕਿਤੇ ਕੋਈ ਗੜਬੜੀ ਨਹੀਂ ਹੋਈ, ਸਾਰਾ ਕੁਛ ਇੰਨਾ ਜ਼ਿਆਦਾ ਪੋਜ਼ਿਟਿਵ ਸੀਗਾ, ਕੁਦਰਤੀ ਇੰਨਾ ਜ਼ਿਆਦਾ ਪੋਜ਼ਿਟਿਵ ਸੀਗਾ ਕਿ ਹਰ ਚੀਜ਼ ਬਹੁਤ ਵਧੀਆ ਤਰੀਕੇ ਨਾਲ ਹੋਈ ਗਈ। ਇੱਕ ਸੀਨ ਸੀਗਾ ਉਹਦੇ 'ਚ ਅਸੀਂ ਸਾਰੀ ਸਟਾਰ ਕਾਸਟ ਸੀਗੀ, ਉਹ ਵੀ ਸੀਨ ਸਾਡੇ ਜ਼ਿਆਦਾ ਰੀਟੇਕ ਇਸ ਕਰਕੇ ਹੋਈ ਕਿਉਂਕਿ ਉਹ ਕਾਮੇਡੀ ਸੀਗਾ, ਔਰ ਕਦੀ ਕਿਸੇ ਦਾ ਹਾਸਾ ਨਿਕਲ ਜਾਂਦਾ ਸੀ, ਕਦੇ ਕਿਸੇ ਦਾ। ਉਹ ਹਾਫ ਡੇ 'ਚ ਅਸੀਂ ਸ਼ੂਟ ਕਰਨਾ ਸੀਗਾ, ਪਰ ਸਾਨੂੰ ਲੱਗਦਾ ਉਹਦਾ 1-1.5 ਦਿਨ ਜ਼ਿਆਦਾ ਲੱਗਿਆ ਇਸੇ ਚੱਕਰ 'ਚ, ਕਿਉਂਕਿ ਕਦੀ ਕੋਈ ਹੱਸ ਪੈਂਦਾ ਸੀ, ਕਦੀ ਕੋਈ ਹੱਸ ਪੈਂਦਾ ਸੀ, ਪੰਚਾਇਤ ਦਾ ਸੀਨ ਸੀਗਾ ਉਹ। ਅੱਛਾ। ਤੇ ਨਿਮਰਤ ਕੀ ਇੰਨੀ ਫਰੈਂਕ ਹੋ ਗਈ ਸੀਗੀ ਡਾਇਰੈਕਟਰ ਨਾਲ ਜਾਂ ਹੋਰ ਸੈਲੀਬ੍ਰਿਟੀ ਨਾਲ ਕਿ ਨਿਮਰਤ ਆਪ ਕਹਿ ਦਿੰਦੀ ਸੀ ਸ਼ੂਟ ਛੋੜ ਦਿਓ, ਮੈਨੂੰ ਤਸੱਲੀ ਨਹੀਂ ਹੋਈ, ਮੈਂ ਤਾਂ ਫੇਰ ਕਰਨਾ? ਹਾਂਜੀ, ਪਹਿਲੇ ਡਾਇਰੈਕਟਰ ਕਹਿੰਦਾ ਸੀਗਾ ਓਕੇ ਹੈ, ਪਰ ਨਹੀਂ ਓਕੇ ਕਿਉਂ ਹੈ ਐਸਾ ਕੁਛ? ਜਦੋਂ ਵੀ ਫਿਲਮਸ ਬਣਦੀਆਂ ਨੇ ਜਿਹੜੀ ਟੀਮ ਹੁੰਦੀ ਆ ਨਾ ਉਹਨਾਂ ਦੀ, ਉਹ ਬਹੁਤ ਸਿਆਣੇ ਹੁੰਦੇ, ਉਹਨਾਂ ਨੇ ਪਹਿਲਾਂ ਸਿਰਫ ਮੋਂਟਾਜਿਸ ਸ਼ੂਟ ਕਰਦੇ ਨੇ 4-1 ਦਿਨ, ਫਿਰ ਉਸ ਤੋਂ ਬਾਅਦ ਥੋੜ੍ਹੇ ਇੱਦਾਂ ਦੇ ਸੀਨ ਕਿ ਜਿਹਦੇ 'ਚ ਤੁਸੀਂ ਬਾਕੀ ਐਕਟਰਸ ਦੇ ਨਾਲ ਬਹਿਣਾ ਆ, ਜ਼ਿਆਦਾ ਡਾਇਲੋਗਸ ਨਹੀਂ ਹੈਗੇ, ਉਹ ਓਨੇ ਕੁ ਟਾਈਮ ਦੇ ਵਿੱਚ ਮਿਕਸਅਪ ਹੋ ਜਾਂਦਾ ਹੈ ਬੰਦਾ। ਸੋ ਡੈਫੀਨੇਟਲੀ 10-10 ਦਿਨਾਂ ਤੱਕ ਮੈਂ ਵੀ ਮਿਕਸਅਪ ਹੋ ਗਈ ਸੀ ਸਾਰਿਆਂ ਨਾਲ ਵਧੀਆ ਤਰੀਕੇ ਨਾਲ, ਔਰ ਮੈਂ ਕਹਿ ਦਿੰਦੀ ਸੀਗੀ ਕਿ ਇਹਨੂੰ ਆਪਾਂ ਫਿਰ ਤੋਂ ਕਰਕੇ ਦੇਖ ਲਈਏ ਜਾਂ ਇਹਨੂੰ, ਔਰ ਸਾਰੇ ਬਹੁਤ ਕੋਪਰੇਟਿਵ ਸੀਗੇ, ਜਿੰਨੇ ਵੀ ਸੀਨੀਅਰ ਆਰਟਿਸਟ ਸੀਗੇ ਸਾਰੇ ਗਾਈਡ ਕਰਦੇ ਸੀਗੇ ਆਪਾਂ ਇਹਨੂੰ ਇੱਦਾਂ ਇੰਪਰੋਵਾਈਜ਼ ਕਰ ਸਕਦੇ ਹਾਂ। ਸੋ ਮੇਰੇ ਲਈ ਇੱਕ ਲਰਨਿੰਗ ਐਕਸਪੀਰੀਅੰਸ ਵੀ ਬਹੁਤ ਸੀਗਾ ਅਫਸਰ ਮੂਵੀ। ਵੈਰੀ ਨਾਈਸ। ਅੱਛਾ ਦੇਖੋ, ਜਿਵੇਂ ਇਹ ਹੁੰਦਾ ਕਿ ਜਦੋਂ ਤੁਹਾਨੂੰ ਤੁਹਾਡਾ ਪਤਾ ਲੱਗ ਗਿਆ ਕਿ ਮੇਰਾ ਇਹ ਰੋਲ ਆ, ਮੇਰੇ ਇਹ ਡਾਇਲੋਗਸ ਹੈਗੇ, ਕੀ ਨਿਮਰਤ ਆਪਣੇ ਆਪ 'ਚ, ਦੇਖੋ ਕੁਦਰਤੀ ਗੱਲ ਹੈ ਤੁਹਾਡੀ ਥਾਂ 'ਤੇ ਕੋਈ ਵੀ ਹੋਵੇ, ਮੈਂ ਵੀ ਹੋਵਾਂ ਜਾਂ ਕੁਛ ਕਰ ਕੋਈ ਵੀ ਆਰਟਿਸਟ ਹੋਵੇ, ਉਹਨੂੰ ਹਮੇਸ਼ਾ ਕੌਨਫੀਡੈਂਟਲੀ ਪਰਫੋਰਮ ਕਰਨ ਦੇ ਲਈ
ਕੱਲੇ ਕੱਲੇ ਟਾਈਮ ਦੀ ਲੋੜ ਹੁੰਦੀ, ਮੈਨੂੰ ਕੱਲੇ ਨੂੰ ਛੱਡ ਦਿਓ, ਹਾਂਜੀ, ਤੇ ਮੈਂ ਸ਼ੀਸ਼ੇ ਮੂਹਰੇ ਹੋ ਕੇ ਪਰਫੋਰਮੈਂਸ ਆਪਣੀ ਆਪ ਦੇਖਣੀ ਹੈ, ਮੈਂ ਆਪ ਆਪਣੇ ਗੱਲਾਂ ਕਰਨੀਆਂ, ਤੁਸੀਂ ਕਿਸ 'ਚ ਕੰਫਰਟੇਬਲ ਹੁੰਦੇ ਸੀਗੇ? ਮੇਰਾ ਕੋਈ ਫੈਮਿਲੀ ਮੈਂਬਰ ਮੇਰੇ ਨਾਲ ਹੋਏ, ਮੈਂ ਉਹਦੇ ਨਾਲ ਡਿਸਕਸ ਕਰਨੀ ਹੈ, ਮੈਨੂੰ ਸਾਰੇ ਡਾਇਲੋਗ ਸੁਣਾਉਣੇ ਆ, ਜਾਂ ਮੈਨੂੰ ਕੱਲੀ ਨੂੰ ਛੱਡ ਦਿਓ, ਸ਼ੀਸ਼ਾ ਰੱਖ ਦਿਓ ਮੂਹਰੇ ਅਤੇ ਮੈਂ ਕੱਲੀ? ਕਿਵੇਂ ਕਿਵੇਂ ਕੰਫਰਟੇਬਲ ਫੀਲ ਕਰਦੇ? ਅਸੀਂ ਵੈਨਿਟੀ ਦੇ ਵਿੱਚ ਸ਼ਾਟ ਦੇਣ ਤੋਂ ਪਹਿਲਾਂ ਜਦੋਂ ਡਾਇਲੋਗਸ ਦੇ ਜਾਂਦੇ ਸੀਗੇ ਅਤੇ ਮਿਰਰ ਦੇ ਵਿੱਚ ਮੈਂ ਰਿਹਰਸਲ ਕਰਦੀ ਸੀਗੀ, ਔਰ ਨਾਲ ਮੇਰੇ ਟੀਮ ਮੈਂਬਰ ਹੁੰਦੇ ਸੀ, ਮੇਰੀ ਸਿਸਟਰ ਵੀ ਹੁੰਦੀ ਸੀਗੀ, ਅਤੇ ਉਹਦੇ ਨਾਲ ਉਹਨੂੰ ਮੈਂ ਕਹਿੰਦੀ ਸੀਗੀ ਦੂਸਰੇ ਐਕਟਰ ਦੇ ਡਾਇਲੋਗਸ ਤੂੰ ਬੋਲ, ਦੂਸਰੇ ਮੈਂ ਬੋਲਦੀ ਹਾਂ, ਫਿਰ ਇੱਦਾਂ ਯਾਦ ਕਰਕੇ ਫਿਰ ਮੈਂ ਜਾਂਦੀ ਸੀ ਸੈੱਟ 'ਤੇ। ਦੇਖੋ ਇਸ ਫਿਲਮ 'ਚ ਐਕਟਰ ਤਾਂ ਹੋਰ ਵੀ ਹੈਗੇ ਆ, ਜਿਵੇਂ ਆਪਾਂ ਤਰਸੇਮ ਜੱਸੜ ਹੋ ਗਏ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ, ਕੀ ਕੋਈ ਐਸਾ ਐਕਟਰ ਵੀ ਰਿਹਾ ਜਿਹੜਾ ਹੈ ਤਾਂ ਹੈ ਫਿਲਮ 'ਚ ਪਰ ਤੁਹਾਡੇ ਨਾਲ ਸੀਨ ਕੋਈ ਨਹੀਂ ਹੈ? ਨਹੀਂ, ਸਾਰਿਆਂ ਨਾਲ ਹੈਗੇ ਸੀਨ ਮੇਰੇ, ਸਾਰਿਆਂ ਨਾਲ ਹੀ ਹੈ। ਹਾਂਜੀ, ਫਿਰ ਮੈਨੂੰ ਲੱਗਦਾ ਉਦੋਂ ਜਦੋਂ ਤੁਸੀਂ ਪੰਚਾਇਤ ਦੀ ਗੱਲ ਕੀਤੀ ਉਦੋਂ ਸਾਰੇ ਇਕੱਠੇ ਹੋ ਗਏ, ਕਲਾਈਮੈਕਸ 'ਚ ਵੀ ਸਾਰੇ ਇਕੱਠੇ ਆ। ਅੱਛਾ, ਹਾਂਜੀ, ਓ ਨਾਈਸ। ਅੱਛਾ, ਜੇ ਮੈਂ ਰਿਐਲਿਟੀ 'ਚ ਪੁੱਛਾਂ, ਇਹ ਤਾਂ ਹੋ ਗਈ ਫਿਲਮ ਦੀ ਗੱਲ, ਅਫਸਰ ਫਿਲਮ ਦਾ ਨਾਮ ਹੈ, ਜੇ ਮੈਂ ਰਿਐਲਿਟੀ 'ਚ ਪੁੱਛਾਂ, ਇਹਦੇ 'ਚ ਤੁਸੀਂ ਫੇਵਰ ਨਾ ਕਰਿਓ ਕਿਸੇ ਦਾ, ਰਿਐਲਿਟੀ 'ਚ ਦੱਸਿਓ ਜੀ, ਸਹੀ ਮਾਇਨਿਆਂ 'ਚ ਇਸ ਫਿਲਮ 'ਚ ਜਿੰਨੇ ਐਕਟਰ ਹੈ, ਅਸਲੀ ਅਫਸਰ ਵਾਲੀ ਫੀਲਿੰਗ ਕੌਣ ਲੈਂਦਾ ਰਿਐਲਿਟੀ 'ਚ? ਫਿਲਮ ਦੀ ਗੱਲ ਨਹੀਂ, ਅਫਸਰ ਵਾਲੀ ਫੀਲਿੰਗ ਲੈਣੀ ਉਹਨੇ ਬਸ। ਅਫਸਰ ਵਾਲੀ ਫੀਲਿੰਗ ਲੈਣੀ ਵਧੀਆ ਗੱਲ ਹੁੰਦੀ ਹੈ, ਤਰਸੇਮ ਜੱਸੜ, ਤਰਸੇਮ ਜੱਸੜ। ਅੱਛਾ, ਮਤਲਬ ਉਹਨਾਂ ਦਾ ਔਰਾ ਜਾਂ ਉਹਨਾਂ ਦੀ ਪਰਸਨੈਲਿਟੀ ਐਸੀ ਹੈ ਕਿ ਅਫਸਰ ਵਾਲੀ ਫੀਲਿੰਗ ਲੈਂਦੇ? ਉਹ ਕੈਰੈਕਟਰ 'ਚ ਇੰਨੇ ਵੜ ਗਏ ਸੀਗੇ ਕਿ ਉਹ ਸੈੱਟ 'ਤੇ ਫਿਰ ਅਫਸਰ ਬਣ ਕੇ ਰਹਿੰਦੇ ਸੀ, ਅਫਸਰ ਉਹੀ ਨੇ ਫਿਲਮ ਦੇ ਵਿੱਚ। ਹਾਂ, ਅਤੇ ਮੈਨੂੰ ਲੱਗਦਾ ਜਿਵੇਂ ਕੈਰੈਕਟਰ ਤੁਹਾਡੇ ਆਪਣੇ ਆਪ ਨਾਲ ਸੂਟ ਕੀਤਾ, ਉਵੇਂ ਹੀ ਤਰਸੇਮ ਨਾਲ ਸੂਟ ਕੀਤਾ? ਹਾਂਜੀ, ਬਿਲਕੁਲ। ਇਸ ਵਾਰ ਥੋੜ੍ਹਾ ਡਿਫਰੈਂਟ ਵੀ ਕਰ ਰਹੇ ਨੇ ਉਹ, ਅੱਗੇ ਜ਼ਿਆਦਾ ਹਰ ਕਰੈਕਟਰ 'ਚ ਉਹਨਾਂ ਦਾ ਰੋਬ, ਇਸ ਵਾਰ ਵੀ ਰੋਬ ਹੈਗਾ ਬਟ ਐਰਕਾ ਥੋੜ੍ਹਾ ਲਾਈਟ ਮੂਡ ਵੀ ਹੈ। ਅੱਛਾ, ਹੁਣ ਦੇਖੋ ਫਿਲਮ ਦਾ ਥਰੈਡ, ਫਿਲਮ ਦਾ ਥੀਮ ਹੁੰਦਾ, ਫਿਲਮ ਦੇ ਕਰੈਕਟਰਸ ਹੁੰਦੇ ਆ, ਔਰ ਫਿਲਮ ਦਾ ਮਿਊਜ਼ਿਕ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਜਿਹਨੂੰ ਲੋਕਾਂ ਨੇ ਗਾਉਣਾ ਦੁਬਾਰਾ ਦੁਬਾਰਾ। ਕਿਹੜੇ ਕਿਹੜੇ ਸਿੰਗਰ ਇਸ ਦੇ ਨਾਲ ਜੁੜੇ ਔਰ ਮਿਊਜ਼ਿਕ ਡਾਇਰੈਕਟਰ ਕੌਣ ਹੈ ਇਸ ਫਿਲਮ ਦਾ? ਮਿਊਜ਼ਿਕ ਦੇ ਉੱਤੇ ਮੈਂ ਕਹਿੰਦੀ ਹਾਂ ਇੰਨਾ ਜ਼ਿਆਦਾ ਧਿਆਨ ਦਿੱਤਾ ਗਿਆ, ਬਹੁਤ ਜ਼ਿਆਦਾ ਟਾਈਮ ਮਿਊਜ਼ਿਕ ਦੇ ਉੱਤੇ ਲਾਇਆ, ਮੈਂ ਕਹਿੰਦੀ ਸਭ ਤੋਂ ਜ਼ਿਆਦਾ ਟਾਈਮ ਮਿਊਜ਼ਿਕ 'ਤੇ ਲਾਇਆ ਕਿ ਪਹਿਲਾਂ ਲਿਰਿਕਸ ਬਹੁਤ ਧਿਆਨ ਨਾਲ ਚੂਜ਼ ਕੀਤੇ ਗਏ, ਅਰਜਨ ਢਿੱਲ ਨੂੰ ਹੁਣਾਂ ਨੇ ਸਭ ਤੋਂ ਜ਼ਿਆਦਾ ਗਾਣੇ ਲਿਖੇ ਨੇ ਇਸ ਫਿਲਮ ਦੇ ਵਿੱਚ, ਤਰਸੇਮ ਜੱਸੜ ਜੀ ਉਹਨਾਂ ਨੇ ਵੀ ਲਿਖੇ ਹੋਏ ਨੇ, ਔਰ ਮਿਊਜ਼ਿਕ ਕੀਤਾ ਆ ਪ੍ਰੀਤ ਹੁੰਦਲ ਜੀ ਨੇ ਸਭ ਤੋਂ ਜ਼ਿਆਦਾ ਗਾਣਿਆਂ ਦਾ, ਸੁਣ ਸੋਹਣੀਆਂ ਗਾਣਾ ਜੈਦੇਵ ਕੁਮਾਰ ਜੀ ਦਾ, ਔਰ ਜੱਸੜ ਜੀ ਦੇ ਗਾਣੇ ਆਰ ਗੁਰੂ ਜੀ ਨੇ ਕੀਤੇ ਨੇ, ਔਰ ਇੰਨੇ ਸੋਹਣੇ ਗਾਣੇ, ਮਤਲਬ ਮੈਂ ਜਦੋਂ ਵੀ ਪੋਸਟ ਪਾਉਂਦੀ ਹਾਂ ਨਾ ਇੰਸਟਾਗ੍ਰਾਮ 'ਤੇ ਤਾਂ ਮੈਂ ਲਿਖਦੀ ਹਾਂ ਕਿ ਹੁਣ ਮੇਰਾ ਫੇਵਰੇਟ ਗਾਣਾ ਆ ਰਿਹਾ। ਅੱਛਾ, ਫਿਰ ਜਦੋਂ ਮੈਂ ਅਗਲਾ ਗਾਣਾ ਪਾਉਣਾ ਹੁੰਦਾ ਫਿਰ ਮੈਂ ਸੋਚਦੀ ਹਾਂ ਵੀ ਇਹ ਵੀ ਫੇਵਰੇਟ ਆ, ਹੁਣ ਕੀ ਲਿਖਾਂ, ਅਤੇ ਇਸੇ ਤਰ੍ਹਾਂ ਕਿੰਨੇ ਗਾਣੇ ਆ ਗਏ ਆ, ਔਰ ਮੈਂ ਸਾਰਿਆਂ ਗਾਣਿਆਂ 'ਤੇ ਲਿਖਿਆ ਇਹ ਮੇਰਾ ਫੇਵਰੇਟ ਆ, ਇਹ ਗਾਣਾ ਮੇਰੇ ਲਈ ਸਪੈਸ਼ਲ ਆ, ਔਰ ਹਾਲੇ ਫਿਲਮ ਦੇ ਦੋ ਗਾਣੇ ਹੋਰ ਰਹਿੰਦੇ ਆ, ਉਹ ਮੈਨੂੰ ਲੱਗਦਾ ਮੇਰੇ ਸਭ ਤੋਂ ਜ਼ਿਆਦਾ ਫੇਵਰੇਟ ਨੇ ਜਿਹੜੇ ਹੁਣ ਆਉਣੇ। ਵੈਰੀ ਗੁੱਡ, ਹੁਣ ਆਪਾਂ ਇਹਨਾਂ ਦੇ ਗਾਣਿਆਂ ਦੀ ਗੱਲ ਕੀਤੀ ਹੈ, ਇਹ ਲਾਈਨ ਤੁਸੀਂ ਸੁਣੋਗੇ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਜੀ ਰੌਲਾ ਪਾਉਣ ਦੀ, ਇਹ ਲਾਈਨ ਤੁਸੀਂ ਸੁਣੋਗੇ ਉਸ ਤੋਂ ਬਾਅਦ ਕਿਹੜੀ ਲਾਈਨ ਆਉਂਦੀ ਹੈ ਜੀ? ਸੁਣ ਸੋਹਣੀਏ ਨੀ ਤਾਰ ਤੁਣਕੇ, ਸੁਣ ਸੋਹਣੀਏ ਨੀ ਤਾਰ ਤੁਣਕੇ, ਤਨ ਤਨ ਹੋ ਗਏ ਤੇਰਾ ਨਾਂ ਸੁਣ ਕੇ, ਤਨ ਤਨ ਹੋ ਗਏ ਤੇਰਾ ਨਾਂ ਸੁਣ ਕੇ। ਹਾਂ ਸੁਣ ਸੋਹਣਿਆ ਵੇ ਟਿੱਕਾ ਬੋਲੀ, ਸੁਣ ਸੋਹਣਿਆ ਵੇ ਟਿੱਕਾ ਬੋਲੀ, ਨੇੜੇ ਨੇੜੇ ਸਾਡੇ ਰਹਿ ਸਾਡਾ ਦਿਲ ਡੋਲੀ, ਨੇੜੇ ਨੇੜੇ ਸਾਡੇ ਰਹਿ ਸਾਡਾ ਦਿਲ ਡੋਲੀ। ਕਿਆ ਹੀ ਬਾਤ ਹੈ, ਇਹ ਹੁੰਦਾ ਕਿ ਵੀ ਟਕਾ ਜੀ ਕੇ ਗਾਣਾ, ਹੈ ਨਾ, ਵੈਰੀ ਨਾਈਸ, ਇਹ ਤੁਹਾਡੀ ਖੂਬੀ ਰਹੀ ਹੈਗੀ ਹੈ। ਅੱਛਾ, ਜਦੋਂ ਹੁਣ ਆਪਾਂ ਇਸ ਫਿਲਮ ਦੇ ਹੋਰ ਗਾਣਿਆਂ ਦੀ ਗੱਲ ਕਰਦੇ ਹਾਂ, ਨਿਮਰਤ ਨੇ ਇਹ ਫਿਲਮ ਦੇ ਗਾਣੇ ਗਾਉਣੇ ਸੀ, ਨਿਮਰਤ ਦੀ ਚੋਇਸ ਤਾਂ ਸੀ ਇਹ, ਪਰ ਕਿੰਨੇ ਗਾਣੇ ਗਾਉਣੇ ਸੀਗੇ ਇਹ ਫੈਸਲਾ ਓਬਵੀਅਸ ਹੈ ਕਿ ਕੁਛ ਡਾਇਰੈਕਟਰ ਵੀ ਕਰਦਾ ਹੁੰਦਾ, ਕੁਛ ਨਿਮਰਤ ਨੂੰ ਇਹ ਹੁੰਦਾ ਕਿ ਕੁਛ ਨਿਮਰਤ ਕਹਿੰਦੀ ਹੈ ਕਿ ਮੈਨੂੰ ਨਾ ਇੰਨੇ ਕੁ ਤੱਕ ਤੁਸੀਂ ਗਾਣੇ ਦਿਓ, ਇਹ ਕੀ ਕਿਵੇਂ ਸੈਟਲਮੈਂਟ ਬੈਠੀ ਫਿਰ? ਪਤਾ ਨਹੀਂ, ਕੁਦਰਤੀ ਹੋ ਗਿਆ ਕਿ ਸਭ ਤੋਂ ਜ਼ਿਆਦਾ ਗਾਣੇ ਮੈਂ ਗਾਤੇ ਫਿਲਮ ਦੇ, ਤਾਂ ਨਿਮਰਤ ਕੋਲੇ ਬੈਠੀ ਹੋਣੀ, ਦੇਖੋ ਜੀ ਇੱਦਾਂ 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 ਗੱਲ ਹੈ, ਮੈਂ ਕਿਹਾ ਨਹੀਂ ਕੁਛ ਵੀ, ਪਰ ਕੁਦਰਤੀ ਹੋ ਗਿਆ ਸਭ ਤੋਂ ਜ਼ਿਆਦਾ ਗਾਣੇ ਮੈਂ ਗਾਏ ਆ, ਔਰ ਇਸ ਫਿਲਮ ਦੇ ਵਿੱਚ ਸਾਰੇ ਗਾਣੇ ਡਿਫਰੈਂਟ ਸਟਾਈਲਸ 'ਤੇ ਗਾਏ ਆ ਮੈਂ, ਸੁਣ ਸੋਹਣੀ ਅਲੱਗ ਸੀਗਾ, ਔਰ ਆਧਾਰ ਚੱਲਦਾ ਉਹ ਬਿਲਕੁਲ ਡਿਫਰੈਂਟ ਸਟਾਈਲ 'ਚ ਗਾਇਆ ਹੋਇਆ, ਹੁਣ ਅੱਗੇ ਖੱਤ ਗਾਣਾ ਆ ਰਿਹਾ, ਫਿਰ ਇੱਕ ਸੈਡ ਗਾਇਆ ਹੋਇਆ, ਅਤੇ ਕੁਦਰਤੀ ਬਣ ਗਿਆ। ਦੇਖੋ ਫਿਲਮ ਦਾ ਟ੍ਰੇਲਰ ਤਾਂ ਕਾਫੀ ਦਿਨ ਪਹਿਲਾਂ ਆ ਗਿਆ ਸੀਗਾ, ਪਰ ਨਿਮਰਤ ਦੇ ਸੋਲੋ ਸੌਂਗ ਵੀ ਇਸ ਫਿਲਮ ਦੇ ਵਿੱਚ ਹੈਗੇ ਹੈ,
ਉਹ ਗਾਣੇ ਤੁਸੀਂ ਪਹਿਲਾਂ ਨਹੀਂ ਕੱਢੇ ਹੈਗੇ ਨਿਮਰਤ ਕੀ ਵੀ ਕੁਛ ਨਿਮਰਤ ਦੀ ਸਟ੍ਰੈਟੇਜੀ ਹੈ ਜਾਂ ਨਿਮਰਤ ਦਾ ਹੀ ਕਹਿਣਾ ਕਿ ਮੇਰੇ ਗਾਣੇ ਨਾ ਤੁਸੀਂ ਅਖੀਰਲੇ ਹਫ਼ਤੇ 'ਚ ਹੀ ਕੱਢਿਓ? ਨਹੀਂ ਇਹ ਟੀਮ ਦਾ ਹੀ ਕਹਿਣਾ ਸੀਗਾ ਕਿ ਲਾਸਟ 'ਤੇ ਕਰਾਂਗੇ ਕਿਉਂਕਿ ਲਾਸਟ ਵੀਕ ਬਹੁਤ ਇੰਪੋਰਟੈਂਟ ਹੁੰਦਾ ਆ ਫਿਲਮ ਆਉਣ ਤੋਂ ਅਤੇ ਤਾਂ ਕਰਕੇ। ਅਤੇ ਇਸ ਫਿਲਮ ਦੇ ਇੱਕ ਗਾਣੇ ਬਾਰੇ ਮੈਂ ਸੁਣ ਤਾਂ ਰਿਹਾ, ਉਹ ਗਾਣਾ ਮੈਂ ਸੁਣਿਆ ਨਹੀਂ ਹੈਗਾ, ਜੇ ਉਹ ਆਇਆ ਨਹੀਂ ਹਜੇ ਖੱਤ ਤੇਰੇ। ਹਾਂਜੀ, ਅਤੇ ਉਹ ਗਾਣਾ ਕੀ ਕਹਿੰਦੇ ਨੇ? ਹਾਂਜੀ ਆ ਜਾਓ। ਹਾਏ ਉੱਠਦੀਆਂ ਮੈਕਾਂ ਜਦ ਵੀ ਪੜਨ ਨੂੰ ਖੋਲਾਂ ਮੈਂ, ਖਿਆਲ ਨੇ ਤੇਰੇ ਪਾਉਂਦੇ ਸਾਹਾਂ ਵਿੱਚ ਫੇਰੇ, ਸੌ ਸੌ ਵਾਰੀ ਸੱਜਣਾ ਪੜੀਏ ਦਿਨ ਵਿੱਚ ਦੀ, ਸੌ ਸੌ ਵਾਰੀ ਸੱਜਣਾ ਪੜੀਏ ਦਿਨ ਵਿੱਚ ਦੀ, ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ, ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ। ਕਿਆ ਹੀ ਬਾਤ ਹੈ, ਲਾਜਵਾਬ। ਨਿਮਰਤ ਦੇਖੋ, ਤੁਹਾਨੂੰ ਜਿਹੜੇ ਤਾਂ ਤੁਹਾਡੇ ਗਾਣੇ ਆਪਣੇ ਗਾਏ ਹੋਏ ਆ, ਓਬਵੀਅਸ ਹੈ ਕਿ ਤੁਸੀਂ ਆਪਣੇ ਲਾਈਵ ਸ਼ੋਅ ਦੇ ਵਿੱਚ ਪਰਫੋਰਮ ਕਰਨੇ, ਕੁਦਰਤੀ ਗੱਲ ਹੈ। ਹਾਂਜੀ, ਨਿਮਰਤ ਕਿਹੜਾ ਐਸਾ ਗਾਣਾ ਹੈ ਜਿਹੜਾ ਤੁਹਾਡਾ ਨਹੀਂ ਗਾਇਆ ਹੋਇਆ, ਕਿਸੇ ਮੇਲ ਸਿੰਗਰ ਦਾ ਗਾਇਆ ਹੋਇਆ, ਲੇਕਿਨ ਨਿਮਰਤ ਆਪਣੇ ਲਾਈਵ ਸ਼ੋਅ ਦੇ ਵਿੱਚ ਸਭ ਤੋਂ ਜ਼ਿਆਦਾ ਗਾਉਂਦੀ ਹੈ ਉਸ ਗਾਣੇ ਨੂੰ? ਕਿਉਂਕਿ ਤੁਹਾਨੂੰ ਲੱਗਦਾ ਹੈ ਜਾਂ ਲੋਕਾਂ ਨੂੰ ਵੀ ਲੱਗਦਾ ਹੈ ਕਿ ਯਾਰ ਫਿੱਟ ਬੈਠਦਾ ਔਰ ਲੋਕ ਇੰਜੋਏ ਕਰਦੇ ਉਸ ਗਾਣੇ ਨੂੰ, ਕਿਹੜਾ ਹੋਊਗਾ ਉਹ ਗਾਣਾ? ਕਿਸੇ ਮੇਲ ਦਾ ਗਾਇਆ ਹੋਇਆ ਲੇਕਿਨ ਨਿਮਰਤ ਆਪਣੇ ਲਾਈਵ ਸ਼ੋਅ ਦੇ ਵਿੱਚ ਸਭ ਤੋਂ ਜ਼ਿਆਦਾ ਗਾਉਂਦੀ, ਕਿਹੜਾ ਹੋਊਗਾ ਨਿਮਰਤ? ਵੈਸੇ ਤਾਂ ਮੈਂ ਜਦੋਂ ਵੀ ਲਾਈਵ ਗਾਉਂਦੀ ਹਾਂ ਕਾਫੀ ਗਾਣੇ ਵਿੱਚ ਮਿਕਸ ਕਰਦੀ ਹਾਂ। ਲਖਵਿੰਦਰ ਵਡਾਲੀ ਜੀ ਦਾ ਰਾਂਝਣਾ ਗਾਣਾ, ਉਹ ਮੈਂ ਹਮੇਸ਼ਾ ਉਹਦੀਆਂ ਦੋ ਕਲਾਈਨਸ ਗਾਉਂਦੀ ਹਾਂ। ਕਿਹੜੇ ਕਿਹੜੇ ਵਾਲਾ ਕਿਵੇਂ ਗਾ ਕੇ ਹੋ ਜੇ ਤੁਹਾਡੇ ਪਤਾ ਲੱਗ ਜੂ ਮੈਨੂੰ ਵੀ? ਨਿਤ ਵੰਡਾ ਮੈਂ ਨਾਲੇ ਕਰਾਂ ਫਰੀਆਂ ਤਾਂ, ਪੱਲਾ ਅੱਡ ਕੇ ਖੁਦਾ ਤੋਂ ਮੰਗਾਂ, ਖੈਰ ਤੇਰੇ ਦਮ ਦੀ ਤੇਰੇ ਬਿਨਾ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ। ਬਿਹਤਰੀਨ ਬਿਹਤਰੀਨ। ਜਿਵੇਂ ਹੁਣ ਆਪਾਂ ਓਬਵੀਅਸ ਇਹਨਾਂ ਗਾਣਿਆਂ ਦੀ ਆਪਾਂ ਗੱਲ ਕੀਤੀ ਹੈ, ਦੇਖੋ ਲਾਈਵ ਸ਼ੋਅ ਤੁਸੀਂ ਡੇ ਬਾਏ ਡੇ ਦਿਨ ਬਾਏ ਦਿਨ ਕਰਨੇ ਹੁੰਦੇ ਹੈ, ਇੱਕ ਪਾਸੇ ਤੁਸੀਂ ਲਾਈਵ ਸ਼ੋਅ, ਇੱਕ ਪਾਸੇ ਤੁਹਾਨੂੰ ਕੋਈ ਫਿਲਮ ਮਿਲ ਜਾਂਦੀ ਹੈ, ਕਿ ਦੇਖੋ ਅੱਜ ਕੱਲ੍ਹ ਬਹੁਤ ਸਾਰੇ ਆਰਟਿਸਟ ਐਸੇ ਹੈ ਓਬਵੀਅਸ ਹੈ ਕੋਈ ਫਿਲਮਾਂ ਨੂੰ ਪ੍ਰੈਫਰੈਂਸ ਦਿੰਦੇ ਹੈ, ਕੀ ਫਿਲਮਾਂ ਨੂੰ ਪ੍ਰੈਫਰੈਂਸ ਦੇਣ ਦਾ ਕਾਰਨ ਨਿਮਰਤ ਇਹ ਹੋ ਸਕਦਾ ਹੈ ਕਿ ਤੁਸੀਂ ਕੋਈ ਫਿਲਮ ਕੀਤੀ ਅਤੇ ਉੱਧਰ ਪਾਸੇ ਤੁਹਾਡੇ ਲਾਈਵ ਸ਼ੋਅ ਲੱਗ ਰਹੇ ਆ, ਉਹ ਜਿੰਨੇ ਦਿਨਾਂ ਦੇ ਲਾਈਵ ਸ਼ੋਅ ਹੈ ਤੁਹਾਨੂੰ ਇੱਕ ਫਿਲਮ ਦੇ ਵਿੱਚੋਂ ਉਸਦਾ ਕ੍ਰੈਡਿਟ ਮਿਲ ਰਿਹਾ, ਫਿਲਮ ਦੇ ਵਿੱਚੋਂ, ਜਾਂ ਆਪਾਂ ਅਮਾਊਂਟ ਦੀ ਵੀ ਗੱਲ ਕਰ ਲਈਏ ਜਾਂ ਆਪਾਂ ਓਵਰਆਲ ਦੀ ਗੱਲ ਕਰ ਲਈਏ, ਜਦੋਂ ਆਪਾਂ ਤੁਸੀਂ ਇਹਨਾਂ ਦੋਨਾਂ ਨੂੰ ਕੰਪੈਰੀਜ਼ਨ ਕਰਦੇ ਹੋ, ਤਾਂ ਤੁਹਾਨੂੰ ਕਿਉਂ ਐਕਟਿੰਗ ਵਾਲਾ ਪਾਸਾ ਜ਼ਿਆਦਾ ਭਾਰੀ ਲੱਗਦਾ ਕਿ ਵੀ ਯਾਰ ਜੇ ਮੈਂ ਕੋਈ ਫਿਲਮ ਕਰਦੀ ਹਾਂ ਤਾਂ ਇਹਦਾ ਮੈਨੂੰ ਜ਼ਿਆਦਾ ਫਾਇਦਾ, ਲਾਈਵ ਸ਼ੋਅਜ਼ ਤਾਂ ਫਿਰ ਵੀ ਚੱਲਦੇ ਰਹਿਣਗੇ? ਨਹੀਂ, ਮੈਨੂੰ ਇੱਦਾਂ ਨਹੀਂ ਲੱਗਦਾ। ਮੇਰੇ ਲਈ ਹਮੇਸ਼ਾ ਸਿੰਗਿੰਗ ਜ਼ਿਆਦਾ ਪ੍ਰਾਇਰਿਟੀ ਰਹੇਗੀ ਐਕਟਿੰਗ ਨਾਲੋਂ, ਕਿਉਂਕਿ ਸ਼ੁਰੂ ਤੋਂ ਹੀ ਸਿੰਗਿੰਗ ਸਿੱਖਦੀ ਆਈ ਹਾਂ, ਇੱਕ ਕੰਪੀਟੀਸ਼ਨ 'ਚੋਂ ਨਿਕਲ ਕੇ ਆਈ ਹਾਂ, ਬਹੁਤ ਮਿਹਨਤ ਕੀਤੀ ਹੈ ਸਿੰਗਿੰਗ ਵਿੱਚ, ਔਰ ਨੋ ਡਾਊਟ ਹੁਣ ਮੈਂ ਐਕਟਿੰਗ 'ਚ ਆ ਗਈ ਹਾਂ, ਬਟ ਮੈਂ ਦੋਨੋਂ ਚੀਜ਼ਾਂ ਨੂੰ ਪੈਰਲਰ ਰੱਖਾਂਗੀ। ਇਵੇਂ ਕਦੀ ਨਹੀਂ ਹੋਏਗਾ ਕਿ ਫਿਲਮਾਂ 'ਚ ਚਲੇ ਗਏ ਹਾਂ ਤਾਂ ਹੁਣ ਗਾਣਿਆਂ ਵੱਲ ਜਾਂ ਲਾਈਵ ਸ਼ੋਅਜ਼ ਵੱਲ ਧਿਆਨ ਘੱਟ ਗਿਆ। ਲਾਈਵ ਸ਼ੋਅਜ਼ ਔਰ ਸਿੰਗਿੰਗ ਹਮੇਸ਼ਾ ਪ੍ਰਾਇਰਿਟੀ ਔਰ ਨੰਬਰ 1 ਰਹੇਗੀ ਹਮੇਸ਼ਾ। ਜਿਹੜੀ ਇਸ ਤੋਂ ਪਹਿਲਾਂ ਤੁਸੀਂ ਲਾਹੌਰੀ ਫਿਲਮ ਜਿਵੇਂ ਕੀਤੀ ਸੀਗੀ ਅਤੇ ਔਰ ਉਸ ਜਿਵੇਂ ਹੁਣ ਇਹ ਵੀ ਤੁਸੀਂ ਕਰ ਰਹੇ ਹੋ, ਇਸ ਉਸ ਫਿਲਮ ਦੇ ਵਿੱਚ ਜਿੰਨੇ ਗਾਣੇ ਸੀ ਇਸ ਫਿਲਮ ਦੇ ਵਿੱਚ ਜਿੰਨੇ ਗਾਣੇ ਹੈ, ਤੁਹਾਡੇ ਲਾਈਵ ਸ਼ੋਅ ਦੇ ਵਿੱਚ ਤੁਹਾਨੂੰ ਰਿਕੁਐਸਟ ਕਿਸੇ ਦੀ ਵੀ ਆ ਸਕਦੀ ਹੈ ਤੁਹਾਡੀ ਫਿਲਮ ਦਾ ਜੇ ਗਾਣਾ, ਫਿਰ ਨਿਮਰਤ ਸਾਰੇ ਗਾਣੇ ਨੂੰ ਯਾਦ ਕਰਦੀ ਚਾਹੇ ਤੁਹਾਡਾ ਨਹੀਂ ਵੀ ਗਾਇਆ ਹੋਇਆ? ਹਾਂਜੀ, ਕੋਸ਼ਿਸ਼ ਕਰਦੀ ਹਾਂ, ਔਰ ਜਿਵੇਂ ਲਾਹੌਰੀ ਵਿੱਚ ਅੱਖਰ ਗਾਣਾ ਸੀਗਾ ਉਹ ਮੈਂ ਗਾਉਂਦੀ ਹਾਂ। ਯੈਸ, ਹਾਂਜੀ, ਉਹ ਮੈਂ ਵੀ ਗਾਇਆ ਸੀ, ਔਰ ਅਫਸਰ ਮੂਵੀ ਦੇ ਤਾਂ ਮੈਨੂੰ ਸਾਰੇ ਗਾਣੇ ਯਾਦ ਨੇ, ਇਹ ਤਾਂ ਮੂਵੀ ਮੇਰੇ ਦਿਲ ਦੇ ਬਹੁਤ ਕਰੀਬ ਆ, ਉਹਦਾ ਅਫਸਰ 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 ਹੋਈ ਪਈ। 80% ਤਾਂ ਤੁਸੀਂ ਹੋ ਗਿਆ ਤੇ ਵੈਸੇ ਯਾਦ ਹੋਣੀ ਹੈ ਤੁਹਾਨੂੰ, ਐ ਬਣਾ ਨਾ 80% ਤਾਂ ਮੇਰੀ ਹੈ ਤੇ ਜੇ 20% ਦੂਜੇ ਦੇ ਵੀ ਹੈ ਕੋਈ ਨਹੀਂ, 4 ਅੱਖਰ ਵੱਧ ਯਾਦ ਕਰ ਲੂੰਗੀ ਮੈਂ। ਚਲੋ, ਨਾਈਸ ਹੈ। ਅੱਛਾ, ਉਸ ਤੋਂ ਬਾਅਦ ਹੁਣ ਆਉਂਦੀ ਹੈ ਬੀਟ ਸੌਂਗ ਦੀ ਗੱਲ, ਜੇ ਆਪਾਂ ਕਿਉਂਕਿ ਓਬਵੀਅਸ ਹੈ ਕਿ ਇਸ ਫਿਲਮ ਦੇ ਵਿੱਚ ਵੀ ਡਿਮਾਂਡ ਹੋਣੀ ਹੈ ਉਸ ਗਾਣੇ ਦੀ, ਔਰ ਉਹ ਗਾਣੇ ਦਾ ਫਾਇਦਾ ਤੁਹਾਡੇ ਲਾਈਵ ਸ਼ੋਅਜ਼ ਦੇ ਵਿੱਚ ਵੀ ਚੱਲਣਾ ਹੈਗਾ। ਮੈਂ ਕਿਹੜੇ ਗਾਣੇ ਦੀ ਗੱਲ ਕਰ ਰਿਹਾ ਹੋਊਂ? ਧਾਰ ਚੱਲਦਾ ਹੈ ਨਾ, ਤੇ ਉਹ ਵੀ ਗਾਣਾ ਜਿੱਦਣ ਆਇਆ ਸੀਗਾ ਉਹ ਵੀ ਰਿਪੀਟ ਤੇ ਹੀ ਵੱਜਦਾ ਜੀ ਹਰ ਕਿਤੇ, ਹੈ ਨਾ, ਤੇ ਮੈਂ ਚਾਹ ਰਿਹਾ ਸੀਗਾ ਉਹ ਧਾਰ ਚੱਲਦਾ ਜੀ ਕੁਛ ਲਾਈਨਾਂ ਹੋ ਜਾਣ। ਯੈਸ, ਨਿਤ ਮੈਥੋਂ ਤੂੰ ਘਰੋਂ ਨਾ ਲਾ ਪਾਵੇ, ਕਾਤੋਂ ਕਰਦਾ ਗੱਲਾਂ ਦਾ ਕੜਾਵੇ, ਨਿਤ ਮੈਥੋਂ ਤੂੰ ਘਰੋਂ ਨਾ ਲਾ ਪਾਵੇ, ਕਾਤੋਂ ਕਰਦਾ ਗੱਲਾਂ ਦਾ ਕੜਾਵੇ, ਗੱਲ ਝਾਂਜਰਾਂ ਦੀ ਗੋਲ ਮੋਲ ਕਰ ਗਿਆ ਮੇਰੇ ਕਾਲਜੇ ਚ ਰੜ ਕੇ, ਚੰਨ ਤੇ ਪਲਾਟ ਫਿਰ ਲੈਣ ਨੂੰ ਵੇ ਜੇਬ ਵਿੱਚ ਪਾਣ ਖੜਕੇ,
ਚੰਨ ਤੇ ਪਲਾਟ ਫਿਰ ਲੈਣ ਨੂੰ ਮੈਂ ਜੇਬ ਵਿੱਚ ਪਾਣ ਖੜਕੇ। ਬਿਹਤਰੀਨ। ਇਸ ਫਿਲਮ ਦੇ ਵਿੱਚ ਤੁਹਾਡਾ ਕੋਈ, ਮੈਨੂੰ ਹਜੇ ਤੱਕ ਤਾਂ ਟ੍ਰੇਲਰ 'ਚ ਕੋਈ ਐਸਾ ਸੀਨ ਲੱਗਿਆ ਨਹੀਂ ਜਿਹਦੇ 'ਚ ਤੁਹਾਡੇ ਸਾਹਮਣੇ ਕਰਮਜੀਤ ਅਨਮੋਲ ਹੋਵੇ, ਮੈਨੂੰ ਟ੍ਰੇਲਰ ਦੇ ਦੌਰਾਨ ਤਾਂ ਨਹੀਂ ਲੱਗਿਆ। ਗੁਰਪ੍ਰੀਤ ਘੁੱਗੀ ਸੀਗੇ, ਕਰਮਜੀਤ ਅਨਮੋਲ ਹਜੇ ਤੱਕ ਮੈਨੂੰ ਨਹੀਂ ਲੱਗੇ। ਫਿਲਮ ਓਬਵੀਅਸ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਸਾਰੇ ਇੱਕ ਵਾਰੀ ਐਕਟਰ ਇਕੱਠੇ ਹੁੰਦੇ, ਕੋਈ ਐਸਾ ਮੌਕਾ ਆਇਆ ਜਦੋਂ ਨਿਮਰਤ ਨੂੰ ਅਲੱਗ ਪਰਸਨਲੀ ਲੱਗਿਆ ਹੋਵੇ, ਮੈਂ ਇਹ ਚੀਜ਼ ਖੁਦ ਲੈ ਕੇ ਜਾਵਾਂ ਕਰਮਜੀਤ ਭਾਅ ਜੀ ਕੋਲ ਜਾਂ ਗੁਰਪ੍ਰੀਤ ਘੁੱਗੀ ਭਾਅ ਜੀ ਕੋਲ, ਕਿ ਮੈਂ ਖੁਦ ਉਹਨਾਂ ਤੋਂ ਇਨਵੋਲਵਮੈਂਟ ਪੁੱਛਾਂ ਕਿ ਵੀ ਮੇਰੀ ਕੀ ਕੀ ਚੀਜ਼ ਹੋਣੀ ਚਾਹੀਦੀ ਹੈ ਜੀ, ਮੈਂ ਕਿੱਦਾਂ ਥੋੜ੍ਹਾ ਜਿਹਾ ਆਪਣੇ ਆਪ 'ਤੇ ਕੁਛ ਅਮੈਂਡਮੈਂਟ ਕਰਾਂ ਜਾਂ ਕੁਛ ਇੱਦਾਂ ਲੋੜ ਪਈ ਜਾਂ ਗਈ ਆਪ ਨਿਮਰਤ ਉਹਨਾਂ ਕੋਲ? ਗੁਰਪ੍ਰੀਤ ਸਰ ਨਾਲ ਸ਼ੂਟ ਕਰਨਾ ਮਤਲਬ ਉਹ ਆਪੇ ਹੀ ਗਾਈਡ ਕਰਨ ਲੱਗ ਪੈਂਦੇ ਨੇ, ਉਹ ਇੰਨੇ ਵਧੀਆ ਆਰਟਿਸਟ ਨੇ, ਇੰਨੇ ਹੰਬਲ ਨੇ। ਔਰ ਮੈਨੂੰ ਯਾਦ ਆ ਇੱਕ ਐਕਸਪ੍ਰੈਸ਼ਨ ਸੀਗਾ ਉਹਦੇ 'ਚ, ਗੁਰਪ੍ਰੀਤ ਘੁੱਗੀ ਸਰ ਨੂੰ ਮੈਂ ਪੁੱਛਿਆ ਨਹੀਂ ਸੀਗਾ, ਪਰ ਮੈਨੂੰ ਉਹਨਾਂ ਨੇ ਖੁਦ ਆ ਕੇ ਦੱਸਤਾ ਕਿ ਇਹਨੂੰ ਆਪਾਂ ਜੇ ਇਵੇਂ ਕਰਾਂਗੇ ਤਾਂ ਇਹ ਜ਼ਿਆਦਾ ਸੋਹਣਾ ਲੱਗੇਗਾ, ਕਿ ਆਪਾਂ ਦੋਨੋਂ ਤਰੀਕੇ ਨਾਲ ਕਰਕੇ ਦੇਖ ਲੈਂਦੇ ਹਾਂ, ਐਂਡ 'ਚ ਜਿਹੜਾ ਲੱਗ ਗਿਆ ਉਹ ਲਗਾ ਲਾਂਗੇ, ਪਰ ਇਹ ਇੱਦਾਂ ਜ਼ਿਆਦਾ ਬੈਟਰ ਲੱਗੇਗਾ। ਸੋ ਉਹ ਖੁਦ ਹੀ ਗਾਈਡ ਕਰਦੇ ਨੇ ਜਿਹੜਾ ਵੀ ਆਰਟਿਸਟ ਉਹਨਾਂ ਦੇ ਨਾਲ ਹੋਵੇ। ਔਰ ਮੈਨੂੰ ਲੱਗਦਾ ਜਦੋਂ ਜੇ ਗੁਰਪ੍ਰੀਤ ਭਾਅ ਜੀ ਉਹਨਾਂ ਨੇ ਤੁਹਾਡੇ ਨਾਲ ਇਹ ਗੱਲ ਕੀਤੀ, ਉਸ ਤੋਂ ਬਾਅਦ ਤੁਹਾਡਾ ਵੀ ਕੌਨਫੀਡੈਂਸ ਵੱਧ ਗਿਆ ਹੋਊਗਾ ਦੁਬਾਰਾ, ਕਿ ਮੈਂ ਜਦੋਂ ਘੁੱਗੀ ਭਾਅ ਜੀ ਨੂੰ ਪੁੱਛਾਂ ਤਾਂ ਫਿਰ ਉਹਨਾਂ ਦਾ ਵੀ ਇਨਵੋਲਵਮੈਂਟ ਜ਼ਿਆਦਾ ਵੱਧ ਜਾਂਦੀ ਹੈ, ਹੈ ਨਾ, ਨੇੜੇ ਆਉਂਦਾ ਬੰਦਾ ਇਹਦਾ ਇੱਦਾਂ। ਵੈਸੇ ਵੀ ਮਾਝੇ ਦੇ ਆ ਫਿਰ ਕੁਦਰਤੀ ਹੋ ਜਾਂਦਾ। ਅਰੇ ਵੈਰੀ ਗੁੱਡ। ਚਲੋ ਹੁਣ ਤਾਂ ਆ ਗਈ ਤਾਰੀਖ ਨੇੜੇ ਰਿਲੀਜ਼ ਹੋਣ ਦੀ। ਓਬਵੀਅਸ ਹੈ ਕਿ ਫਿਲਮ ਦੇ ਨਾਲ ਬਹੁਤ ਤੁਹਾਡੀ ਮਿਹਨਤ ਜੁੜੀ ਹੈ, ਬਹੁਤ ਲੋਕਾਂ ਦੀਆਂ ਉਮੀਦਾਂ ਮਿਹਨਤਾਂ ਜੁੜੀਆਂ ਨੇ, ਔਰ ਸਾਡੀ ਵੀ ਅਰਦਾਸ ਹੈ ਰੱਬ ਅੱਗੇ ਕਿ ਤੁਹਾਡੀਆਂ ਮਿਹਨਤਾਂ ਨੂੰ, ਤੁਹਾਡੀ ਸੋਚ ਨੂੰ, ਤੁਹਾਡੀ ਜ਼ੁਬਾਨ ਨੂੰ ਹਮੇਸ਼ਾ ਰੱਬ ਮਿਹਰ ਕਰੇ, ਰੱਬ ਫੜ ਲਵੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।